ਹਾਂਜੀ ਸਰ ਸ਼ਰਕਲ ਮੈਂ ਹਰਮਨਦੀਪ ਸਿੰਘ ਆਪਜੀ ਦਾ ਦੋਸਤ ਲੈ ਕੇ ਆਇਆ ਇੱਕ ਨਵੀਂ ਸਟੋਰੀ ਤੁਹਾਡੇ ਨਾਲ ਉਮੀਦ ਕਰਦਾ ਹਾਂ ਤੁਹਾਨੂੰ ਪਿਛਲੀ ਠੀਕ ਵਧੀਆ ਲੱਗੀ ਹੋਏਗੀ ਤਾਂ ਆਓ ਆਪਾਂ ਸ਼ੁਰੂ ਕਰੀਏ ਮੁਫਤ ਸਲਾਹ ਦੇਣ ਦਾ ਅੰਜਾਮ ਆਪਾਂ ਆਮ ਤੌਰ ਤੇ ਦੇਖਦੇ ਆ ਕਿ ਕਦੇ-ਕਦੇ ਸਾਡੇ ਤੋਂ ਕੋਈ ਵਾਰਾ ਕੋਈ ਸਲਾਹ ਨਹੀਂ ਮੰਗਦਾ ਅਸੀਂ ਫਿਰ ਵੀ ਉਸ ਨੂੰ ਸਲਾਹ ਦੇ ਹੀ ਜਾ ਰਹੇ ਹਾਂ ਦੇ ਹੀ ਜਾ ਰਹੇ ਹਾਂ ਪਰ ਉਹ ਸਾਡੀ ਸਲਾਹ ਨੂੰ ਇਗਨੋਰ ਕਰਦਾ ਹੈ ਫਿਰ ਸਾਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਆਪਣਾ ਟਾਈਮ ਆਪਣੀ એનર્ਜੀ ਐਵੇਂ ਖਰਾਬ ਕੀਤੀ ਤਾਂ ਸੱਚਮੁੱਚ ਇਹ ਬਿਲਕੁਲ ਇਸ ਸਟੋਰੀ ਦੇ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਮੁਫਤ ਸਲਾਹ ਦੇਣੀ ਨਹੀਂ ਚਾਹੀਦੀ ਤਾਂ ਸਟੋਰੀ ਦੇ ਵਿੱਚ ਕੀ ਹੈ ਬਾਂਦਰ ਅਤੇ ਬिजੜੇ ਦੀ ਕਹਾਣੀ ਬਾਂਦਰ ਅਤੇ ਬिजੜੇ ਦੀ ਕਹਾਣੀ ਸਾਰੇ ਜਾਣਦੇ ਆ ਮੀਂਹ ਦੇ ਵਿੱਚ ਭਜਰੇ ਬਾਂਦਰ ਨੂੰ ਵੇਖ ਕੇ ਆਪਣੇ ਆਲ ਨੇ ਵਿੱਚ ਬੜੇ ਮਜ਼ੇ ਨਾਲ ਬੈਠਾ ਬिजੜਾ ਕਹਿੰਦਾ ਬਾਂਦਰ ਜੀ ਰੱਬ ਨੇ ਤੁਹਾਨੂੰ ਦੋ ਹੱਥ ਦਿੱਤੇ ਹਨ ਤੁਸੀਂ ਆਪਣੇ ਲਈ ਤੇ ਮੇਰੇ ਵਾਂਗ ਇੱਕ ਘਰ ਕਿਉਂ ਨਹੀਂ ਬਣਾ ਲੈਂਦੇ ਸੋਨਾ ਘਰ ਵਿੱਚ ਦੇੰਦੇ ਠੰਡ ਵਿੱਚ ਧੁੱਪ ਵਿੱਚ ਮੀਂਹ ਕਣੀ ਵਿੱਚ ਤੁਹਾਨੂੰ ਆਰਾਮ ਮਿਲਦਾ ਰਹੇਗਾ ਮੇਰੇ ਕੋਲ ਤਾਂ ਕਨਕੀ ਜੀ ਚੁੰਝ ਦਿੱਤੀ ਹੈ ਰੱਬ ਨੇ ਮੈਨੂੰ ਇੱਕ ਚੁੰਝ ਦਿੱਤੀ ਹੈ ਮੈਂ ਫਿਰ ਵੀ ਇੱਡਾ ਵਧੀਆ ਆਪਣਾਲ ਨਾ ਬਣਾ ਲਿਆ ਤੇ ਮੈਂ ਇਸ ਦੀ ਵਰਤੋਂ ਕੀਤੀ ਹੈ ਤੁਸੀਂ ਵੀ ਕੁਝ ਨਾ ਕੁਝ ਹਿੱਲਾ ਹਿੱਲਾ ਛੇੜੀ ਕਰੋ ਕੋਈ ਕੁਝ ਬਣਾਓ ਕੁਝ ਸਾਨੂੰ ਦਿਖਾਓ ਕੁਝ ਕਰਕੇ ਤਾਂ ਬਾਂਦਰ ਭੇਜ ਰਿਹਾ ਸੀ ਤੇ ਪਾਲੇ ਨਾਲ ਕੰਬ ਵੀ ਰਿਹਾ ਸੀ ਬਿਜਰੇ ਦੀ ਗੱਲ ਸੁਣ ਕੇ ਉਸ ਨੂੰ ਬਹੁਤ ਗੁੱਸਾ ਆ ਗਿਆ। ਉਸ ਨੇ ਪਹਿਲਾਂ ਬਿਜਰੇ ਦੇ ਸਰੀਰ ਵੱਲ ਵੇਖਿਆ, ਫਿਰ ਆਪਣੇ ਸਰੀਰ ਵੱਲ। ਪਿੱਦਾ ਜਿਹਾ ਬਿਜਰਾ ਮੈਨੂੰ ਮਤਾਂ ਦੇ ਰਿਹਾ, ਮੈਨੂੰ ਅਕਲ ਦੇ ਰਿਹਾ। ਬਾਂਦਰ ਨੇ ਸੋਚਿਆ ਇਸ ਨੂੰ ਇਸ ਦੀ ਔਕਾਤ ਸਿਖਾਣੀ ਪੈਗੀ। ਇਹ ਸੋਚਦਿਆਂ ਹੀ ਬਾਂਦਰ ਨੇ ਬਿਜਰੇ ਦੇ ਆਲ ਨੂੰ ਕਿਕਰ ਦੀ ਟਾਹਣੀ ਦੇ ਨਾਲੋਂ ਖਿੱਚ ਕੇ ਲਾ ਲਿਆ ਤੇ ਦੋਨਾਂ ਹੱਥਾਂ ਤੇ ਦੰਦਾ ਦੀ ਮਦਦ ਨਾਲ ਉਸ ਦਾ ਸਾਰਾ ਜਿਹੜਾ ਆਲ ਨਾ ਸੀ ਉਹ ਤੀਲਾ-ਤੀਲਾ ਕਰਕੇ ਬਿਜਰੇ ਦੇ ਮੂੰਹ ਤੇ ਮਾਰਿਆ। ਮੀ ਪਹਿਲਾਂ ਨਾਲੋਂ ਹੋਰ ਤੇਜ਼ ਹੋ ਗਿਆ ਸੀ। ਤੇ ਉਸ ਦਾ ਗੁੱਸਾ ਵੀ ਹੋਰ ਵੱਧ ਗਿਆ ਸੀ ਵੀ ਜਿਹੜਾ ਸੋਚਣ ਲੱਗਿਆ ਬਾਂਦਰ ਨੂੰ ਮੈਂ ਤਾਂ ਕੋਈ ਗਲਤ ਗੱਲ ਕਹੀ ਨਹੀਂ ਤੇ ਨਾ ਹੀ ਇਹਨੂੰ ਮੈਂ ਕੋਈ ਗਾਲ ਕੱਢੀ ਨੇਕ ਸਲਾਹ ਹੀ ਦਿੱਤੀ ਸੀ ਮੈਨੂੰ ਤਾਂ ਉਹਦੇ ਤੇ ਤਰਸ ਆ ਗਿਆ ਸੀ ਮਨੁੱਖਤਾ ਦੇ ਪੱਖੋਂ ਹਮਦਰਦੀ ਵਿਖਾਈ ਹੈ ਮੈਂ ਮੈਂ ਆਪਣਾ ਘਰ ਬਣਾਣ ਲਈ ਕਿਹਾ ਸੀ ਪਰ ਉਸਨੇ ਤਾਂ ਮੇਰਾ ਹਾਲ ਨਾ ਵੀ ਤੋੜ ਦਿੱਤਾ ਭਲਾ ਕਿਉਂ ਸੋਚ-ਸੋਚ ਕੇ ਬਿਜਰੇ ਨੇ ਅੰਤ ਵਿੱਚ ਆਪਣੇ ਆਪ ਨੂੰ ਸਮਝਾਇਆ ਕਹਿੰਦਾ ਲੈ ਮੈਂ ਐਵੇਂ ਹੀ ਪੰਗਾ ਲੈ ਬੇਟਾ ਭੇਜਤਾ ਬੰਦਰ ਰਿਹਾ ਸੀ ਮੈਂ ਤਾਂ ਆਪਣੇ ਆਲ ਨੇ ਵਿੱਚ ਸੁਖੀ ਬੈਠਾ ਸੀ ਬੈਠਾ ਰਹਿਦਾ ਮੈਨੂੰ ਬੋਲਣ ਦੀ ਮੂਰਖਤਾ ਹੀ ਕਿਉਂ ਕਰਨੀ ਪਈ ਮੈਨੂੰ ਆਪਣੀ ਮੂਰਖਤਾ ਦੀ ਸਦਾ ਹੀ ਮਿਲੀ ਹੈ ਸਿਆਣੇ ਠੀਕ ਹੀ ਕਹਿੰਦੇ ਆਂ ਹੋਰਨਾਂ ਦੇ ਮਾਮਲਿਆਂ ਵਿੱਚ ਲੱਤ ਨਹੀਂ ਅੜਾਣੀ ਚਾਹੀਦੀ ਇਸ ਧਾਰਨ ਜਈ ਕਹਾਣੀ ਕੋਈ ਵੱਡੇ ਖੜੇ ਸਵਾਲ ਕਰਦੀ ਹੈ ਕਿ ਕਿਸੇ ਨੂੰ ਚੰਗੀ ਸਲਾਹ ਦੇਣਾ ਮਾੜੀ ਗੱਲ ਹੁੰਦੀ ਹੈ ਖਾਸ ਤੌਰ ਤੇ ਜਦੋਂ ਮੁਸੀਬਤ ਵਿੱਚ ਹੋਵੇ ਕਿਸੇ ਨਾਲ ਹਮਦਰਦੀ ਕਰਨਾ ਚੰਗੀ ਗੱਲ ਹੈ ਪਰ ਹਮਦਰਦੀ ਕਰਨ ਵੇਲੇ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਵਾਕਈ ਉਹ ਹਮਦਰਦੀ ਦਾ ਪਾਤਰ ਹੈ ਜਾਂ ਨਹੀਂ ਪ੍ਰੰਤੂ ਕਹਾਣੀ ਇਹ ਸਮਝਾਉਂਦੀ ਹੈ ਕਿ ਸਲਾਹ ਕੇਵਲ ਉਦੋਂ ਹੀ ਦੇਣੀ ਚਾਹੀਦੀ ਹੈ ਜਦੋਂ ਮੰਗੀ ਜਾਵੇ ਤੇ ਜਦੋਂ ਸਲਾਹ ਮੰਗੀ ਨਹੀਂ ਕਿਸੇ ਨੇ ਤੇ ਸਾਡੀ ਸਲਾਹ ਦੇਣ ਦਾ ਕੋਈ ਉਦੋਂ ਬੈਨੀਫਿਟ ਨਹੀਂ ਹੁੰਦਾ ਉਹ ਇਗਨੋਰ ਹੀ ਕਰਦਾ ਹੈ ਕਿਸੇ ਸਿੰਗਰ ਨੇ ਠੀਕ ਹੀ ਗਾਇਆ ਹੈ ਨਾ ਉਹ ਬਿਨਾ ਮੰਗੇ ਉਸਲਾਣੀ ਦੇ ਨਹੀਂ ਚਾਹੀਦੀ ਕਦਰ ਐਦਾ ਕੱਟ ਜਾਂਦੀ ਐ ਐਵੇਂ ਰੋਜ਼ ਰੋਜ਼ ਆ ਕੇ ਡੇਰੇ ਲਾ ਲਿਓ ਇੱਜ਼ਤ ਹੁਣੋਂ ਹਟ ਜਾਂਦੀ ਐ ਇੱਜ਼ਤ ਹੁਣੋਂ ਫਟ ਜਾਂਦੀ ਐ ਤਾਂ ਇੰਨੀਆਂ ਹੀ ਗੱਲਾਂ ਦੇ ਨਾਲ ਮੈਂ ਆਪ ਸਾਰਿਆਂ ਤੋਂ ਇਜਾਜ਼ਤ ਮੰਗਦਾ ਹਾਂ ਗੱਲ ਚੰਗੀ ਲੱਗੀ ਹੋਵੇ ਇਸ ਨੂੰ ਦਬ ਕੇ ਸ਼ੇਅਰ ਕਰੋ ਸੋਸ਼ਲ ਮੀਡੀਆ ਦੇ ਉੱਤੇ ਮੇਰੇ ਨਾਲ ਬਨੇ ਰਿਹਾ ਜੇ ਸੁਰੱਖਿਅਤ ਰਹੋ ਖੁਸ਼ ਰਹੋ ਮੈਨੂੰ ਭੁੱਲ ਨਾ ਜਾਇਆ ਜੇ ਰਮਨਦੀਪ ਸਿੰਘ ਆਪ ਜੀ ਦਾ ਵੀਰ ਛਿੜੀ ਮੁਖਤਸਰ ਸਾਹਿਬ ਤੋਂ ਸਤਿ ਸ਼੍ਰੀ ਅਕਾਲ